ਸ਼ਹਿਰ ਦੇ ਵਿੱਚੋਂ ਵਿੱਚ ਇੱਕ ਸੜਕ ਦੇ ਕਿਨਾਰੇ ਰੇੜੀ ਲਗਾ ਇਸ ਨੌਜਵਾਨ ਵੱਲੋਂ ਬਣਾਏ ਜਾ ਰਹੇ ਮੋਮੋਸ। ਪਰ ਇਸ ਰੇੜੀ ਤੋਂ ਮੋਮੋਸ ਖਾਣ ਤੋਂ ਪਹਿਲਾਂ ਤੁਹਾਨੂੰ ਇੱਕ ਖਾਸ ਕਿਸਮ ਦੇ ਸਿਕਿਉਰਿਟੀ ਚੈੱਕ ਤੋਂ ਗੁਜ਼ਰਨਾ ਪਵੇਗਾ, ਕਿਉਂਕਿ ਇਸ ਤੋਂ ਬਿਨਾਂ ਤੁਹਾਨੂੰ ਮੋਮੋਜ਼ ਨਹੀਂ ਖਾਣ ਦਿੱਤੇ ਜਾਣਗੇ। ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕਾ ਧੂਰੀ ਦਾ, ਜਿੱਥੇ ਦਾਨਵੀਰ ਨਾਂ ਦੇ ਇਸ ਪ੍ਰਵਾਸੀ ਨੌਜਵਾਨ ਦੇ ਮੋਮੋਜ਼ ਇੰਨੇ ਮਸ਼ਹੂਰ ਹੋ ਚੁੱਕੇ ਨੇ ਕਿ ਰੰਜਿਸ਼ ਦੇ ਚੱਲਦਿਆਂ ਇਸ 'ਤੇ ਕਈ ਵਾਰ ਹਮਲਾ ਹੋ ਚੁੱਕਾ, ਜਿਸ ਕਰਕੇ ਇਸ ਦੀ ਹਿਫਾਜ਼ਤ ਹੁਣ ਇਲਾਕੇ ਵਾਲੇ ਖੁਦ ਕਰ ਰਹੇ ਨੇ। ਇੰਨਾ ਹੀ ਨਹੀਂ, ਦੂਜੇ ਸੂਬਿਆਂ ਦੇ ਲੋਕ ਵੀ ਸੋਸ਼ਲ ਮੀਡੀਆ ਰਾਹੀਂ ਦਾਨਵੀਰ ਦਾ ਸਾਥ ਦੇ ਰਹੇ ਨੇ। ਅਸਲ 'ਚ ਦਾਨਵੀਰ ਨੇ ਆਪਣੇ ਮਾਲਕ ਤੋਂ ਵੱਖ ਹੋ ਕੇ ਆਪਣੀ ਖੁਦ ਦੀ ਰੇਹੜੀ ਲਗਾਉਣੀ ਸ਼ੁਰੂ ਕਰ ਦਿੱਤੀ ਸੀ, ਜਿਸ ਕਰਕੇ ਉਸ ਮਾਲਕ ਨੇ ਰੰਜਿਸ਼ਣ ਦਾਨਵੀਰ ਨਾਲ ਖੁੰਦਕ ਕੱਢਣੀ ਸ਼ੁਰੂ ਕਰ ਦਿੱਤੀ। ਬਸ ਇਹ ਮੈਂ ਆਪਣਾ ਅਲੱਗ ਕੰਮ ਕਰ ਲਿਆ, ਇਸ ਕਰਕੇ ਪੀਟ ਰਹੇ ਉਹ ਯਾਦਵ ਹੈ, ਉਹ ਭੇਜਤਾ ਹੈ ਕਿ ਬਈ ਇਸਕੀ ਰੇਹੜੀ ਚੱਕਵਾਓ, ਜੈਸੇ ਮਰਜ਼ੀ ਚੱਕਵਾਉਣੀ ਹੈ। ਉਹ ਆ ਕੇ ਕਹਿੰਦੇ ਬਈ ਕਬ ਜਾਏਗਾ, ਜਾਏਗਾ ਛੋੜੇਗਾ ਨਾ ਛੋੜੇਗਾ ਸ਼ਹਿਰ। ਮੈਂ ਬੋਲਾ ਤਾ ਬਈ ਮੈਂ ਗਲਤੀ, ਮੇਰੀ ਗਲਤੀ ਬਤਾਓ, ਗਲਤੀ ਕਿਆ ਹੈ, ਅਗਰ ਗਲਤੀ ਹੋ ਗਈ ਮੈਂ ਚਲਾ ਜਾਊਂਗਾ, ਜੈਸੇ ਆਪ ਬੋਲੋਗੇ ਵੈਸੇ ਕਰੂੰਗਾ ਜੀ। ਉਹ ਸੁਣਤੇ ਨਹੀਂ ਹੈ, ਆਤੇ ਖਨ ਮਾਰਨਾ ਸ਼ੁਰੂ ਕਰ ਦਿੱਤੇ ਹੈ, ਨਾ ਪੁੱਛਦੇ ਨਾ ਕੁਛ, ਆਤੇ ਖਨ ਮਾਰਨਾ ਸ਼ੁਰੂ ਕਰ ਦਿੱਤੇ ਹੈ। 19 ਤਾਰੀਖ ਕੋ ਵੀ ਮਾਰਾ ਥਾ ਇੱਕ ਵਾਰ, ਉਹ ਕਸਟਮਰ ਨੇ ਬਚਾ ਲਿਆ, ਭਗਾ ਦਿਆ ਮੈਂ। 16 ਤਾਰੀਖ ਕੋ ਵੀ ਮਾਰਾ ਥਾ, ਉਸਕੇ ਬਾਅਦ ਪਹਿਲੇ ਸਿਰ ਫਾੜ ਦਿਆ ਥਾ ਮੇਰਾ, ਫਿਰ ਉਸਕੇ ਬਾਅਦ ਕੁਛ ਬਸ ਇਹ ਕਹਿੰਦਾ ਸ਼ਹਿਰ ਛੋੜ, ਵੀ ਕੈਸਾ ਛੋੜੇਗਾ, ਕਬ ਛੋੜੇਗਾ, ਬਸ ਇਤਨੀ ਬਾਤ ਹੈ ਜੀ। ਮੈਂ ਆਪਣਾ ਅਲੱਗ ਕੰਮ ਕਰ ਲਿਆ, ਤਰੱਕੀ ਉਸ ਦੇਖੀ ਨਹੀਂ ਜਾ ਰਹੀ ਸੀ? ਨਹੀਂ ਸਰ, ਮੈਂ ਆਪਣਾ ਕੰਮ ਅਲੱਗ ਕਰ ਲਿਆ, ਮੇਰਾ ਕੰਮ ਬੜੀਆ ਚੱਲਣੇ ਲਗਾ ਜੀ, ਬਸ ਇਸ ਕਰਕੇ ਬਾਰ ਬਾਰ ਪਿਟਵਾਤਾ ਹੈ ਜੀ। ਜੇ ਕਹਿਤਾ ਕਿ ਵੀ ਜਾ, ਅਗਰ ਨਾ ਗਿਆ ਤਾਂ ਉਸਕਾ ਜ਼ਿੰਮੇਦਾਰ ਤੂੰ ਹੋਗਾ, ਕਬ ਕਿਆ ਹੋ ਜਾਵੇ ਕੁਛ ਨਹੀਂ ਪਤਾ। ਮੈਂ ਕਮਾ ਰੱਖਾ ਤੁਝੇ ਕਮਾਨਾ, ਵੀ ਕਿ ਮੈਂ ਜੋੜ ਰੱਖਾ ਤੁਝੇ ਜੋੜਨਾ। ਥਾਣੇ ਮੈਂ ਵੀ ਆਏ ਤੇ ਗਵਾਹੀ ਵੀ ਦੇਣੇ ਕੇ ਲਿਏ, ਨੰਬਰ ਵੀ ਦੇ ਕੇ ਗਏ ਸਿਗਰੇ ਕਸਟਮਰ ਜਿਤਨੇ ਜਿਨਕੇ ਸਾਹਮਣੇ ਮਾਰਾ ਹੈ। ਅਗਰ ਕੱਲ੍ਹ ਕੋਈ ਵੀ ਐਸੇ ਬਿਨਾਂ ਫਾਲਤੂ ਕੇ ਮੁਝੇ ਕੋਈ ਮਾਰ ਕੇ ਜਾਤਾ ਜਾਂ ਕੋਈ ਬਿਨਾਂ ਵਜਾਏ, ਮੇਰੀ ਬਾਹਰ ਕਿਸੇ ਸੇ ਦੁਸ਼ਮਣਾ ਹੀ ਨਹੀਂ ਹੈ, ਬਸ ਅਗਰ ਕੱਲ੍ਹ ਕੋ ਮੇਰੇ ਸਾਥ ਵੀ ਕੋਈ ਘਟਨਾ ਹੋਤੀ ਹੈ ਤਾਂ ਇਸਕਾ ਜ਼ਿੰਮੇਦਾਰੀ ਇਹ ਹੈ। ਦੇਖੋ, ਹਰ ਇੱਕ ਬੰਦੇ ਨੂੰ ਆਪਦਾ ਕੰਮ ਕਰਨ ਦਾ ਹੱਕ ਹੈ। ਜੋ ਉਹਦੇ ਨਾਲ ਹੋਇਆ ਦਾਨਵੀਰ ਨਾਲ, ਉਹ ਗਲਤ ਹੋਇਆ। ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਉਹ ਬੰਦਿਆਂ 'ਤੇ ਕਾਰਵਾਈ ਵੀ ਕੀਤੀ ਜਾਵੇ, ਅਤੇ ਜੇ ਉਹ ਉਹਨਾਂ ਨੇ ਦੁਬਾਰੇ ਕੋਈ ਹਰਕਤ ਕੀਤੀ ਗਰੀਬ ਬੰਦੇ ਦੀ ਹੈਲਪ ਕੀਤੀ ਤਾਂ ਉਹ ਗਰੀਬ ਬੰਦੇ ਦੀ ਹੈਲਪ ਵੀ ਕੀਤੀ ਜਾਵੇ। ਮਤਲਬ ਇਹ ਥੋੜ੍ਹੀ ਆ ਕੱਲ੍ਹ ਨੂੰ ਅਗਲਾ ਆਪਦਾ ਕੋਈ ਕੰਮ ਨਹੀਂ ਖੋਲ੍ਹ ਸਕਦਾ। ਇਹ ਕਿੱਥੇ ਲਿਖਿਆ ਹੋਇਆ ਜੀ ਵੀ ਹਰੇਕ ਬੰਦਾ ਸਾਰੀ ਜ਼ਿੰਦਗੀ ਨੌਕਰ ਬਣ ਕੇ ਰਹੂਗਾ? ਕੱਲ੍ਹ ਨੂੰ ਜੇ 2 ਰੁਪਏ ਕਮਾ ਲਏ ਉਹਨੇ, ਉਹਦੇ ਵਿੱਚ ਕਲਾ ਹੈਗੀ ਹੈ ਤਾਂ ਉਹਨੇ ਆਪਦਾ ਕੰਮ ਅੱਡ ਸ਼ੁਰੂ ਕਰ ਲਿਆ। ਜੇ ਤੁਹਾਡੇ 'ਚ ਕਲਾ ਹੈਗੀ ਹੈ, ਤੁਸੀਂ ਉਹਨੂੰ ਕਲਾ ਨਾਲ ਮਾਤ ਪਾਓ। ਕੁੱਟਣ ਦਾ, ਮਾਰਨ ਦਾ, ਝਗੜਨ ਦਾ ਕੀ ਮਤਲਬ? ਇਹਦਾ ਮਤਲਬ ਇਹ ਹੈ ਤੁਸੀਂ ਗੰਦ ਖਵਾਉਂਦੇ ਸੀ ਲੋਕਾਂ ਨੂੰ, ਤੁਹਾਡੇ ਲਈ ਵਧੀਆ ਕੁਆਲਿਟੀ ਨਹੀਂ ਸੀ ਜੀ। ਦਾਨਵੀਰ ਕੋਲ ਵਧੀਆ ਕੁਆਲਿਟੀ ਸੀ ਤਾਂ ਉਹਦਾ ਕੰਮ ਚੱਲਿਆ। ਅਸੀਂ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ। ਪ੍ਰਸ਼ਾਸਨ ਨੂੰ ਇਹੀ ਮੰਗ ਹੈ ਵੀ ਉਸ ਵਿਚਾਰੇ ਗਰੀਬ ਆਦਮੀ ਦੀ ਹੈਲਪ ਕੀਤੀ ਜਾਵੇ, ਅਤੇ ਜਿਹੜੇ ਮੁਜਰਮ ਨੇ ਉਹਨਾਂ ਵਗੈਰਾ ਉਹਨਾਂ ਲਈ ਕਾਰਵਾਈ ਕੀਤੀ ਜਾਵੇ ਉਹਨਾਂ ਪ੍ਰਤੀ। ਅਸੀਂ ਪੁਲਿਸ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਹਾਂ ਵੀ ਪੁਲਿਸ ਉਹਨਾਂ 'ਤੇ ਕੋਈ ਕਾਰਵਾਈ ਬਣਦੀ, ਕਾਰਵਾਈ ਜੋ ਵੀ ਕਾਰਵਾਈ ਹੈ ਉਹ ਕੀਤੀ ਜਾਵੇ। ਜੇ ਉਹਨਾਂ ਨੇ ਦੁਬਾਰੇ ਕੁਛ ਦਾਨਵੀਰ ਨੂੰ ਕਿਹਾ ਤਾਂ ਅਸੀਂ ਉਰੋਂ ਮੁੰਡੇ ਇਕੱਠੇ ਹੋ ਕੇ ਜਾਵਾਂਗੇ। ਇਹ ਜਿਹਾ ਦੇਸ਼ ਹੈ ਜਿੱਥੇ ਹਰ ਧਰਮ ਦੇ ਲੋਕ, ਹਰ ਜਾਤਾਂ ਦੇ ਲੋਕ ਜਿਹੜੇ ਆਪਦੇ ਆਪ ਨੂੰ ਸੇਵ ਕਰਦੇ ਨੇ, ਪਰ ਇੱਥੇ ਆਪਾਂ ਅੱਜ ਕੁਛ ਹੋਰ ਹੀ ਦੇਖ ਰਹੇ ਹਾਂ। ਅਸੀਂ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਦੇ। ਬਹੁਤ 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 ਗਲਤ ਹੋਇਆ ਦਾਨਵੀਰ ਨਾਲ। ਜਸਟਿਸ ਫੋਰ ਦਾਨਵੀਰ। ਮੈਂ ਰਾਜਸਥਾਨ ਸੇ ਹੂੰ ਔਰ ਮੈਨੇ ਅਭੀ ਦੇਖਾ ਹੈ ਕਿ ਸੋਸ਼ਲ ਮੀਡੀਆ ਪੇ ਇੱਕ ਮੋਮੋਜ਼ ਬਣਾਨੇ ਵਾਲੇ ਵਿਅਕਤੀ ਕੀ ਬਹੁਤ ਬੁਰੀ ਤਰੀਕੇ ਸੇ ਪਿਟਾਈ ਕੀ ਗਈ ਹੈ, ਕਿਉਂਕਿ ਉਸਕਾ ਕੰਮ ਬਹੁਤ ਅੱਛਾ ਚੱਲਣੇ ਲੱਗ ਗਿਆ ਥਾ। ਵਿਅਕਤੀ ਕੋ ਆਪਣਾ ਕੰਮ ਕਰਨੇ ਕੀ ਆਜ਼ਾਦੀ ਹੈ, ਪੂਰਾ ਰਾਜਸਥਾਨ ਉਸ ਦਾਨਵੀਰ ਕੇ ਹੱਕ ਮੈਂ ਹੈ। ਔਰ ਮੈਨੇ ਇਹ ਚੀਜ਼ ਸੋਸ਼ਲ ਮੀਡੀਆ ਪਰ ਦੇਖੀ ਹੈ ਕਿ ਇੱਕ ਦਾਨਵੀਰ ਨਾਮ ਕਾ ਵਿਅਕਤੀ ਹੈ, ਉਸਕੋ ਇੱਕ ਆਪਣੀ ਖੁਦ ਕੀ ਦੁਕਾਨ ਖੋਲਣੇ ਕੇ ਚੱਕਰ ਮੈਂ ਉਸਕੇ ਸਾਥ ਮਾਰਾ ਪੀਟੀ ਕਰੀ ਗਈ ਹੈ। ਇਹ ਬਿਲਕੁਲ ਗਲਤ ਚੀਜ਼ ਹੈ। ਆਜ ਕੇ ਟਾਈਮ ਪੇ ਆਪਣਾ ਕੰਮ ਆਜ਼ਾਦੀ ਸੇ ਕਰਨੇ ਕਾ ਸਬਕੋ ਹੱਕ ਹੈ, ਤੋ ਹਮ ਸਾਰੇ ਰਾਜਸਥਾਨੀ ਦਾਨਵੀਰ ਕੇ ਹੱਕ ਮੈਂ ਉਸਕੋ ਆਪਣਾ ਇਨਸਾਫ ਮਿਲਣਾ ਚਾਹੀਏ। ਰਾਜਸਥਾਨ ਸੇ ਹੂੰ ਮੈਨੇ ਸੋਸ਼ਲ ਮੀਡੀਆ ਪੇ ਦੇਖਾ ਕਿ ਇੱਕ ਮੋਮੋਜ਼ ਬਣਾਨੇ ਵਾਲੇ ਵਿਅਕਤੀ ਦਾਨਵੀਰ ਕੀ ਬਹੁਤ ਬੁਰੀ ਤਰੀਕੇ ਸੇ ਪਿਟਾਈ ਹੋਣੀ ਗਈ ਹੈ, ਕਿਉਂਕਿ ਉਸਕਾ ਧੰਦਾ ਬਣਨੇ ਲਗਾ ਥਾ, ਇਸ ਲਈ ਲੋਕ ਉਸੇ ਚਿੜਨੇ ਲਗੇ ਥੇ, ਇਸ ਲਈ ਉਸਕੀ ਪਿਟਾਈ ਕਰੀ ਗਈ ਹੈ। ਐਸਾ ਨਹੀਂ ਹੋਣਾ ਚਾਹੀਏ ਥਾ, ਇਸਕੇ ਸਾਥ ਯੇ ਬਹੁਤ ਗਲਤ ਹੁਆ। ਹਮ ਸਬਕੋ ਆਪਣਾ ਆਪਣਾ ਕਾਮ ਖੋਲਨੇ ਕਾ ਪੂਰਾ ਅਧਿਕਾਰ ਹੈ, ਭਾਰਤ ਤੁਹਾਡੇ ਸਾਥ ਹੈ। ਦੇ ਨਾਲ ਇਹ ਬਹੁਤ ਹੀ ਨਿੰਦਣਯੋਗ ਘਟਨਾ ਹੈਗੀ ਹੈ, ਕਿਉਂਕਿ ਕਿਸੇ ਵੀ ਬੰਦੇ ਨੂੰ ਆਪਣਾ ਕੰਮ ਕਰਨ ਦੇ ਵਿੱਚ ਆਜ਼ਾਦ ਹੋਣਾ ਚਾਹੀਦਾ, ਔਰ ਆਜ਼ਾਦੀ ਹੈ ਉਹ ਆਪਣਾ ਕੰਮ। ਇਹ ਥੋੜ੍ਹੀ ਹੈ ਵੀ ਇਹ ਸਾਰੀ ਉਮਰ ਹੀ ਬੰਦਾ ਉਸੇ ਕੋਲ ਨੌਕਰੀ ਕਰੇ, ਜਦੋਂ ਵੀ ਬੰਦੇ ਦੀ ਇੱਛਾ ਹੈਗੀ ਆ ਉਸ ਕੋਲ ਨੌਕਰੀ ਕਰ ਸਕਦਾ ਜਾਂ ਆਪਣਾ ਕੰਮ ਕਰ ਸਕਦਾ। ਇਹ ਬਹੁਤ ਹੀ ਮਾੜਾ ਕੰਮ ਕੀਤਾ ਜਿਹੜਾ ਉਹਨੇ ਕੀਤਾ ਹੈਗਾ, ਔਰ ਅਸੀਂ ਕਹਿੰਦੇ ਵੀ ਇਹਨੂੰ ਜਿਹੜਾ ਦਾਨਵੀਰ ਨੂੰ ਯਾਦਵ ਨੂੰ ਇਨਸਾਫ ਮਿਲਣਾ ਚਾਹੀਦਾ।
नहीं वीर जी बहुत वधिया काम चलता इन्हों का बहुत वधिया ने गे भी वैसे गलत गल आ गई किसी नूं तंग परेशान करना मेहनत करते ने बच्चे आपदी खाते ने गे पर इन्हों का काम चल पाया ये इन्हों का कसूर थोड़ी इन्हों की मेहनत है ये भी असं हूँ इन्ने चिर तो खाने बहुत वधिया बनाते हैं बहुत प्यार गल करते ने गे भी बाकी तुसी सारे रल के हैल्प करो इन्हों की भी इन्हों का काम चलना चाहिए गा। हाँ जी साढ़े को एक कंप्लेट आई सी दानवीर वालों भी उसकी जो एक यादव नाम का लड़का मोमोज की रेहड़ी लगा तो उन्हें यदि घेर के कुटमार की सी जिस वो साढ़े को कंप्लेट दे के गया सी दानवीर तो दोनों पार्टियां सद के इन्हों का आपस के इन्ह का अपने आप अपने लैवल से इन्होंने राजीनामा किया तो भी वो जरा इन्हों रेहड़ी लाने पिछे कोई इशू सगा इन्हों का तो ये कोई मेजर सट इंजरी वगैरह भी नहीं सी ना ही कोई एम एल आर कट्टी सी तो हूँ मोहतवर बंद पै के इन्हों का राजीनामा करा दिता भी अगे तो इन बिल्कुल भी तंग परेशान नहीं करेगा तो वह फ्रीली आपका कितने भी काम कर सकता उन्होंने तो घर है तो पुलिस भी वो प्रॉपर तरीके मदद कर रही है जो दोबारा कोई कंप्लेट आई तो सख्ती कार्रवाई की जाएगी। हाँ जी बिल्कुल जी मैं सारे यही मैसेज देना चाहना भी आपका फ्रीली कोई भी कितने भी कोई काम कर सकता जो भी कानून के दायरे रह के तो अगर किसी को कोई तंगी परेशानी चाहे कोई रेहड़ी वाला चाहे कोई फड़ी वाला जो कोई तंगी परेशानी आँदी है जो तंग परेशान करता खुल के सानू दसे ते कंप्लेंट देवे ते जो भी बनती है कानून मुताबक कार्रवाई की जाऊगी। इस संबंध च पुलिस का कहना है कि पहला तो दोवें धिराने अपने तौर पर राजीनामा कर लिया सी पर जे दोबारा दानवीर नाल कोई झगड़ा करता तो उस दोषी नू बिल्कुल भी नहीं बख्शा जाएगा। हकीकत टीवी पंजाबी लई धूरी तो अनिल जैन की रिपोर्ट।